ਦਿੱਲੀ ਪਾਕਿਸਤਾਨ ਜੰਜਮ ਪਾਕਿਸਤਾਨ ਤੁਸੀਂ ਸਾਨੂੰ ਇਹ ਦੱਸੋ ਬਾ ਤੁਹਾਡਾ ਇਹ ਸੱਜ ਕਿਵੇਂ ਬਣਿਆ ਮਤਲਬ ਟਰਕੀਸ਼ ਲੜਕੀ ਨਾਲ ਤੁਹਾਡੀ ਸੈਟਿੰਗ ਕਿਸ ਤਰ੍ਹਾਂ ਹੋਈ ਗੈਰ ਕਾਨੂੰਨੀ ਬੰਦੇ ਵਾਸਤੇ ਸ਼ਾਦੀ ਜੇਕਰ ਉਸ ਟਰਕੀਸ਼ ਚ ਕਰਨੀ ਹੈ ਉਹਦੇ ਵਾਸਤੇ ਕੀ ਮੁਸ਼ਕਿਲਾਂ ਨੇ ਉਦੋਂ ਤੁਹਾਡਾ ਸ਼ਾਦੀ ਦੇ ਉੱਤੇ ਟੋਟਲ ਕਿੰਨਾ ਖਰਚਾ ਆ ਗਿਆ ਸੀ ਟਰਕੀਸ਼ ਲੜਕੀ ਨਾਲ ਸ਼ਾਦੀ ਕਰਨ ਵਾਸਤੇ ਕਿਹੜੀਆਂ ਕਿਹੜੀਆਂ ਸ਼ਰਤਾਂ ਨੇ ਤੁਹਾਨੂੰ ਦੱਸਿਓ ਸਵਾਲ ਸਾਰਾ ਹੈ ਤੇ ਡਾਡ ਹੈ ਲੇਕਿਨ ਕਰਾਂ ਦੇ ਜ਼ਰੂਰ ਅਕਸਰ ਜਿਹੜੇ ਬੰਦੇ ਨੇ ਉਹ ਬਾਹਰ ਵੀ ਸ਼ਾਦੀ ਕਰ ਲੈਂਦੇ ਨੇ ਆਪਣੇ ਮੁਲਕ ਜਾ ਕੇ ਵੀ ਕਰ ਲੈਂਦੇ ਨੇ क्या तो जेहन च भी इस तरह की कभी कोई गल आई है पे ट्ररकश लड़की के साथ शादी करके लीगल हुआ जा सकता है बसमिल्लर रहीम जी आगाज़ रब करीम के बबरकत नाम से जो हर चीज़ पर क़दर है बहुत सारे दोस्त पाकिस्तान से हमें फ़ोन कॉल करके पूछते हैं कि यार टर्की में गैर कानूनी तौर पर जा शादी किस तरह की जा सकती है और किस तरह वहाँ पर ट्रकश लड़की के साथ शादी करके लीगल हुआ जा सकता है कुछ यहाँ पर भी लोग हैं जिनको पता नहीं है कि शादी किस तरह करनी है تو اج میں ترکی کے شہر سکریا میں موجود ہوں۔ یہ بھائی جان پاکستانی ہیں اور انہوں نے ترکچ لڑکی کے ساتھ شادی کی ہے۔ ان سے بات چیت کرتے ہیں ان سے پوچھتے ہیں کہ یہ کس طرح آئے؟ انہوں نے یہاں پہ کس طرح شادی کی یا کس طرح ترکچ لڑکی کے ساتھ ان کی سیٹنگ ہوئی؟ یہ ساری بات چیت پوچھتے ہیں۔ السلام علیکم بھائی جان۔ وعلیکم السلام۔ کی حال چال ہے؟ ٹھیک ہو؟ جی شکر الحمدللہ۔ ਤੁਸੀਂ سنو کی حال چال۔ مولا دی کرم نوازی ہے تو پاکستان کیڑی جگہ تم ہو؟ جی پاکستان سرگودہ۔

अच्छा जी ਤੁਸੀਂ ਸਾਨੂੰ ਇਹ ਦੱਸੋ ਕਿ ਤੁਹਾਨੂੰ ਤੁਰਕੀ ਚ ਆਇਆ ਕਿੰਨਾ عرصਾ ਹੋ ਗਿਆ ਜੀ ਬਾਈ ਮਾਨ ਤੁਰਕੀ ਚ ਆਇਆ ਤਕਰੀਬਨ 10 ਸਾਲ ਹੋ ਅੱਛਾ 10 ਸਾਲ ਹੋ ਗਏ ਨੇ ਜੀ ਤੇ ਇੱਥੇ ਕੀ ਕੰਮ ਕਰਦੇ ਹੋ ਤੁਸੀਂ ਪਹਿਲਾਂ ਮੈਂ ਫੈਕਟਰੀ ਚ ਕੰਮ ਕਰਦਾ ਹੀ ਠੀਕ ਹੈ ਉਸ ਤੋਂ ਬਾਅਦ ਤਕਰੀਬਨ ਸ਼ਾਦੀ ਹੋਈ ਸ਼ਾਦੀ ਤੋਂ ਬਾਅਦ ਜਿਹੜੇ ਹੁਣ ਆਪਣੀ ਦੁਕਾਨ ਬਣਾਈ ਜੀ ਕੰਮ ਕਰਦਾ ਆਪਣੀ ਦੁਕਾਨ ਅੱਛਾ ਤੇ ਤੁਸੀਂ ਸਾਨੂੰ ਇਹ ਦੱਸੋ ਬਾ ਤੁਹਾਡਾ ਇਹ ਸੱਜ ਕਿਵੇਂ ਬਣਿਆ ਮਤਲਬ ਤੁਰਕੇ ਚ ਲੜਕੀ ਨਾਲ ਤੁਹਾਡੀ ਸੈਟਿੰਗ ਕਿਸ ਤਰ੍ਹਾਂ ਹੋਈ ਕਿਸ ਤਰ੍ਹਾਂ ਹੈ ਸ਼ਾਦੀ ਵੇਖੋ ਹਰ ਬੰਦਾ ਸੋਚਦਾ ਕਿ ਮੈਂ ਟਰੱਕ 'ਚ ਲੜਕੀ ਨਾਲ ਸ਼ਾਦੀ ਕਰਨਾ ਬੜੇ ਮਤਲਬ ਕੁਝ ਉਹ ਡਰਾਮਾ ਇੱਕ ਪਾਕਿਸਤਾਨ 'ਚ ਬੜਾ ਮਸ਼ਹੂਰ ਹੋਇਆ ਉਹਦੀ ਵਜ੍ਹਾ ਤੋਂ ਹਰ ਬੰਦਾ ਚਾਹੇ ਕੋ ਮਤਲਬ ਲੋ ਲੈਵਲ 'ਚ ਆਈ ਚੇ ਮਿਡਲ 'ਚ ਸਾਰਾ ਹਰ ਬੰਦਾ ਇਹ ਇਸ ਚੱਕਰ 'ਚ ਕਿ ਯਾਰ ਮੈਂ ਟਰੱਕ 'ਚ ਨਾ ਸ਼ਾਦੀ ਕਰ ਲਾਂ ਤੁਸੀਂ ਸਾਨੂੰ ਇਹ ਦੱਸੋ ਬਸ ਤੁਹਾਡਾ ਇਹ ਸਟੱਜ ਬਣਿਆ ਕਿਸ ਤਰ੍ਹਾਂ ਬਾਈ ਜਾਈ ਤਕਰੀਬਨ 4 ਸਾਲ ਪਹਿਲੇ ਮੈਂ ਫੈਕਟਰੀ 'ਚ ਕੰਮ ਕਰਦਾ ਸੀ ਅੱਛਾ ਬੇਗਮ ਜੜੀਓ ਮੇਰੇ ਕੋਲ ਕੰਮ ਕਰਨ ਵਾਸਤੇ ਆਇਆ ਠੀਕ ਹੈ ਉਹ ਗੋਸਟ ਨੇ ਫੋਰਮਾਨ ਆਈ ਮੈਂ ਫੈਕਟਰੀ ਤੋਂ ਮੇਰੇ ਕੋਲ ਕੰਮ ਕਰਦੇ ਆਂ ਅੰਦਰਲੇ ਉੱਤੇ ਬਸ ਗੱਲਬਾਤ ਹੋ ਗਈ ਮਤਲਬ ਇਕੱਠੇ ਕੰਮ ਇਹ ਤੁਹਾਡੇ ਅੰਡਰ ਸਨ ਜੀ ਹਾਂ ਮੇਰੇ ਅੰਡਰ ਕੰਮ ਕਰਦੇ ਆਂ ਉੱਥੇ ਹੀ ਮਤਲਬ ਸੈਟਿੰਗ ਹੋ ਗਈ ਜੋ ਉੱਤੇ ਸੈਟਿੰਗ ਹੋ ਗਈ ਉੱਤੇ ਹੀ ਜਿਹੜੀ ਗੱਲਬਾਤ ਹੋਈ ਉਸ ਤੋਂ ਬਾਅਦ ਇੱਕ ਕਿੰਨਾ ਚਿਰ ਜਿਹੜਾ ਤੁਹਾਡਾ ਮਤਲਬ ਇਹ ਚੱਲਦਾ ਰਿਹਾ ਚੱਕਰ ਕਿਸ ਮਤਲਬ ਕਿੰਨੇ ਚਿਰ ਤੋਂ ਬਾਅਦ ਤੁਸੀਂ ਫਿਰ ਸ਼ਾਦੀ ਦਾ ਸੋਚਿਆ ਵੀ ਸ਼ਾਦੀ ਕਰ ਲੈਣੀ ਚਾਹੀਦੀ ਸਾਨੂੰ ਬਾਈ ਜਿਆਦਾ ਦੇਰ ਤੇ ਲੱਗੀ ਕੋਈ ਨਹੀਂ ਠੀਕ ਤਕਰੀਬਨ ਕੋਈ 2 ਮਹੀਨੇ ਜਿਹੜੇ ਨੂੰ ਉਹ ਲੱਗੇ ਸਰ ਅੱਛਾ ਦੋ ਮਹੀਨੇ ਜੀ ਤੁਸੀਂ ਆਖਿਆ ਭਾਈ ਹੁਣ ਵਿਆਹ ਹੀ ਕਰਨਾ ਜੀ ਦੋ ਮਹੀਨੇ ਚਾਹੀਏ ਅੱਛਾ ਤੇ ਤੁਸੀਂ ਫਿਰ ਇਹਨਾਂ ਦੇ ਘਰ ਗਏ ਕੀ ਮਾਮਲਾ ਹੋਇਆ ਰਿਸ਼ਤਾ ਮੰਗਣ ਗਏ ਕਿਸ ਤਰ੍ਹਾਂ ਫਿਰ ਇਹ ਮੰਨੇ ਭਾਈ ਜੀ ਮੈਂ ਇਹਨਾਂ ਦੇ ਘਰ ਦੋ ਤਿੰਨ ਵਾਰੀ ਗਿਆ ਅੱਛਾ ਇਹਨਾਂ ਦੇ ਵਾਲਦ ਸਾਬ ਨੂੰ ਮਿਲਿਓ والدہ ਨੂੰ ਮਿਲਿਓ ਕੀ ਮੈਂ ਇਹਨਾਂ ਦੇ ਘਰ ਗਿਆ ਇਹਦੀ والدہ ਉੱਤੇ ਆਈ ਦਾ ਜਿਹੜਾ ਵੱਡਾ ਭਾਈ ਉਹ ਆਈ ਅੱਛਾ ਉਸ ਤੋਂ ਬਾਅਦ ਇਹਨਾਂ ਦੀ والدہ ਇੱਕ ਛੋਟੀ ਦੀ ਬਣ ਹੈ ਤੇ ਉਹ ਆਈ ਠੀਕ ਹੈ ਕਿਹਦੀ ਵਰਜਾਈ ਆਈ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਮੈਂ ਕਿਹਾ ਕਿ ਤੁਹਾਡਾ ਕਹਿ ਕੇ ਮੈਂ ਵਿਆਹ ਕਰਨਾ ਚਾਹੁੰਦਾ ਵਿਆਹ ਕਰਨਾ ਚਾਹੁੰਦਾ ਠੀਕ ਉਹ ਪਹਿਲੇ ਤਾਂ ਮੈਂ ਅੰਜੜਾ ਨੂੰ ਸ਼ਰਤਾਂ ਜਿਹੜੀਆਂ ਰੱਖੀਆਂ ਉਹ ਚੋਖੀਆਂ ਹੀ ਜ਼ੋਰਾਂ ਜ਼ੋਰ ਇਹ ਅੱਛਾ ਉਹ ਗੁੱਸੇ ਨਹੀਂ ਹੋਇਆ ਨਾ ਸ਼ਰਤਾਂ ਦਸੀਆਂ ਨੇ ਜਿਉਂ ਨਾ ਜਵਾਬ ਨਹੀਂ ਦਿੱਤਾ ਉਹਨਾਂ ਮੈਂ ਅੱਗੋਂ ਜਿਹੜਾ ਨਾ ਸ਼ਰਤਾਂ ਚ ਪਾ ਲਿਆ ਟੁਰਕੀਸ਼ ਲੜਕੀ ਨਾਲ ਸ਼ਾਦੀ ਕਰਨ ਵਾਸਤੇ ਕਿਹੜੀਆਂ ਕਿਹੜੀਆਂ ਸ਼ਰਤਾਂ ਨਾ ਤੁਸੀਂ ਦਸੀਆਂ ਭਾਈ ਪਹਿਲੀ ਸ਼ਰਤ ਉਹਨਾਂ ਦੀ ਹੈ ਕਿ ਤੁਹਾਡਾ ਆਪਣਾ ਮਕਾਨ ਹੋਣਾ ਚਾਹੀਦਾ ਇੱਥੇ ਕਿਰਾਏ ਤੇ ਜਾਂ ਉਹਦੀ ਜ਼ਾਤੀ ਨਹੀਂ ਜ਼ਾਤੀ ਮਕਾਨ ਹੋਣਾ ਚਾਹੀਦਾ ਠੀਕ ਹੈ ਦੂਜੀ ਨਾਰਮਲ ਤੁਰਕੇ ਤੇ ਜ਼ਿਆਦਾਤਰ ਇਤਕਰਾਈ ਤੇ ਨਹੀਂ ਤੇ ਤੁਹਾਨੂੰ ਨਾ ਕਹ ਜੀ ਆਪਣਾ ਮਕਾਨ ਲਵੋ ਉਹ ਬਾਈਏ ਸਵਸਤ ਹੁੰਦਾ ਨਾ ਸਾਡੇ ਜਿਹੜੇ ਇਹ ਵਾਂਜੀ ਹਨ ਇਹ ਵਾਂਜੀ ਦਾ ਆਕਰ ਦਾ ਮਤਲਬ ਇਹ ਹੁੰਦਾ ਬਗੈਰ ਮੂਲ ਕੀ ਉਹਨਾਂ ਦੇ ਉਹਨਾਂ ਬਕਾਲਨ ਵਿਆਹ ਕਰਕੇ ਇੱਕ ਅਦਾ ਬੱਚਾ ਪੈਦਾ ਕਰਕੇ ਨਸ ਜਾਂਦੇ ਆ ਜ਼ਿਆਦਾਤਰ ਇਸ ਤਰ੍ਹਾਂ ਦੇ ਕੇਸ ਚਲੋ ਮਕਾਨ ਹੋਸੀ ਗਿਆ ਤੇ ਬੱਚੀ ਜਿਹੜੀ ਆ ਆਪਣਾ ਸੇ ਲਾ ਆ ਠੀਕ ਹੈ ਉਹਦੇ ਵਾਸਤੇ ਬੋਦਾ ਕੋਈ ਆਪਣਾ ਰੋਜ਼ਗਾਰ ਹੋਸੀ ਠੀਕ ਹੈ ਸੇਮਨ ਯੇ ਦੂਜੀ ਸ਼ਰਤ ਉਹਨਾਂ ਦੀ ਆਈ ਕਿ ਤੁਹਾਡੀ ਗੱਡੀ ਜਿਹੜੀ ਉਹ ਆਪਣੀ ਹੋਣੀ ਚਾਹੀਦੀ ਠੀਕ ਹੈ ਗੱਡੀ ਵੀ ਹੋਣੀ ਚਾਹੀਦੀ ਜੀ ਗੱਡੀ ਵੀ ਹੋਣੀ ਚਾਹੀਦੀ ਹੈ ਅੱਛਾ ਤੀਜੀ ਸ਼ਰਤ ਉਹਨਾਂ ਦੀ ਆਈ ਕਿ ਜੀ ਤੁਸੀਂ ਜਿਹੜਾ ਨਾ ਜਿਹੜਾ ਮਸਲਾ ਸੀ ਆਨੇ ਸ਼ਾਦੀ ਇਹ ਆਨੇੰਦੂ ਉਹ ਜਿਹੜਾ ਅਸੀਂ ਕਰਨਾ ਉਹ ਤੁਰਕੀ ਦੇ ਵਿੱਚ ਰਵਾਜ ਹੈ ਇਹ ਕਿ ਜਿਹੜਾ ਲੜਕਾ ਹੁੰਦਾ ਸਾਰਾ ਖਰਚਾ ਉਸੇ ਅਫੋਰਡ ਕਰਨੇ ਹੁੰਦੇ ਅੱਛਾ ਸਾਰਾ ਖਰਚਾ ਜਿਹੜਾ ਉਹ ਤੁਸਾਂ ਕਰਨਾ ਜਿਵੇਂ ਪਾਕਿਸਤਾਨ ਦੇ ਵਿੱਚ ਬੀਬੀ ਵਾਲਿਆਂ ਨੂੰ ਮਤਲਬ ਕੁੜੀ ਵਾਲਿਆਂ ਨੂੰ ਜਿਹੇਜ ਦੇਣਾ ਪੈਂਦਾ ਇਥੇ ਉਹ ਮੁੰਡੇ ਨੇ ਸਾਰਾ ਕੁਝ ਕਰਨਾ ਬਿਲਕੁਲ ਤੇ ਜੇਜ ਜਿਹੜਾ ਹੁੰਦਾ ਨਾ ਭਾਈ ਜੀ ਉਹ ਸਾਰਾ ਕੁਝ ਜਿਹੜਾ ਨਾ ਮੁੰਡੇ ਕਰਨਾ ਹੁੰਦਾ ਕੁੜੀ ਚਿਰਪ ਆਪਣੇ ਘਰੋ ਜਿਹੜਾ ਨਾ ਕੋਈ ਜਿਹੜਾ ਫਰਾਗ ਪਾ ਕੇ ਹੁੰਦੀ ਹੈ ਨਾ ਉਹ ਵੀ ਮੁੰਡੇ ਦੇ ਆਪਣੇ ਪੈਸਿਆਂ ਦੇ ਹੀ ਹੁੰਦੇ। ਨਾਜ਼ਰੀਨ ਇੱਥੇ ਤੇ ਇਹਨਾਂ ਕੰਮ ਬੜਾ ਸੱਚਜ ਬਣਾਇਆ ਮਤਲਬ ਜੇਜ ਵਾਲਾ ਕੋਈ ਰਿਵਾਜ ਨਹੀਂ ਹੈ। ਕੁੜੀ ਵਾਲਿਆਂ ਦਾ ਖਰਚਾ ਘੱਟ ਹੁੰਦਾ ਸਾਰਾ ਕੁਝ ਮੁੰਡੇ ਨੇ ਕਰਨਾ ਹੁੰਦਾ। ਅੱਛਾ ਇਹ ਹੀ ਸਾਰੀਆਂ ਸ਼ਰਤਾਂ ਸਨ। ਜੀ ਉਸ ਤੋਂ ਬਾਅਦ ਕੁਝ ਇਹ ਜਿਹੜੀ ਸ਼ਰਤਾਂ ਨੇ ਵੀ ਮੇਰੇ ਵਾਸਤੇ ਉਸ ਵਕਤ ਜਿਹੜਾ ਹੈ ਨਾ ਇਹ ਮੁਸ਼ਕਲ ਆਈ ਅੱਛਾ ਮੁਸ਼ਕਲ ਆਈ ਕਿ ਉਸ ਟਾਈਮ ਜਿਹੜਾ ਤਕਰੀਬਨ ਪਾਕਿਸਤਾਨੀ ਕੋਈ ਨਾ ਨਾ ਕਰਦੇ ਅਸੀਂ ਤਕਰੀਬਨ ਕੋ ਪਾਕਿਸਤਾਨੀ ਕੋ 70 ਤੋਂ 80 ਲੱਖ ਰੁਪਇਆ ਪੜਦਾ ਆ ਜਿਵੇਂ ਜਿਹੜੀਆਂ ਚੀਜ਼ਾਂ ਉਹਨਾਂ ਦੱਸੜੀਆਂ ਸੀ 70 80 ਲੱਖ ਆਈ ਕੋ 33 ਸਾਲ ਪਹਿਲੇ ਉਹਨਾਂ ਜੋ ਦੱਸਿਆ ਹੀ ਨਾ ਅੱਜ ਉਹ ਜਿਹੜਾ ਸਿਸਟਮ ਉਹ ਤਕਰੀਬਨ 1.5 ਕਰੋੜ 2 ਕਰੋੜ ਦੇ ਨੇੜੇ ਆ ਮਤਲਬ ਕਾਰ ਲੈਣਾ ਆਪਣਾ ਸਾਰੀਆਂ ਸ਼ਰਤਾਂ ਅੱਛਾ ਫਿਰ ਤੁਸੀਂ ਸ਼ਰਤਾਂ ਪੂਰੀਆਂ ਕੀਤੀਆਂ ਜਾਂ ਕੋਈ ਮੁਕ ਮਕਾ ਲਿਆ ਬਈ ਸ਼ਰਤਾਂ ਜਿਹੜੀਆਂ ਨੂੰ ਐਨਜੀਸੀ ਮਸਲ ਕਬੂਲ ਕੀਤੀਆਂ ਕਰਨੀਆਂ ਪਉਣੀਆਂ ਮਜਬੂਰੀ ਜਿਆ ਅਸੀਂ ਉਹਨਾਂ ਨੇ ਫਿਰ ਉਹਨਾਂ ਨੂੰ ਮੁਹੱਬਤ ਹੋ ਗਈ ਸੀ ਤੁਸਾਂ ਆਖਿਆ ਸ਼ਾਦੀ ਇੱਥੇ ਹੀ ਕਰਨੀ ਹੈ ਜੀ ਕੁਝ ਵੀ ਹੋ ਜਾਏ ਜੀ ਸਾਰਾ ਕੁਝ ਕਰਨਾ ਪਉਂਦਾ ਹੈ ਮੇਰਾ ਇੱਕ ਛੋਟਾ ਭਾਈ ਹੈ ਤੇ ਨਾਲ ਹੀ ਹੁੰਦਾ ਆਪਣੇ ਤੇ ਮੁੰਜੀ ਉਸ ਬੜਾ ਤਾਵਨ ਕੀਤਾ ਮੇਰੇ ਨਾਲ ਠੀਕ ਹੈ ਉਹ ਦੇ ਤਾਵਨ ਨਾਲ ਕੁਝ ਮਤਲਬ ਉਹ ਸਪੋਰਟ ਤੁਹਾਨੂੰ ਪੂਰੀ ਕੀਤੀ ਬਿਲਕੁਲ ਜੋ ਸਪੋਰਟ ਕੀਤੀ ਹੈ ਕੋਈ ਯਾਰ ਦੋਸਤ ਉਹਨਾਂ ਦੀ ਸਪੋਰਟ ਨਾਲ ਅੱਛਾ ਮੈਂ ਆਪਣਾ ਆਰਸ਼ਾ ਕਰਨ ਵਿੱਚ ਕਾਮਯਾਬ ਹੋ ਗਿਆ ਮਤਲਬ ਉਹ ਫਿਰ ਰਜ਼ਾਮੰਦ ਹੋ ਗਏ ਬਈ ਤੁਸੀਂ ਕਰ ਲੋ ਸ਼ਾਦੀ ਬਿਲਕੁਲ ਅੱਛਾ ਫਿਰ ਗੱਲ ਆ ਜਾਂਦੀ ਜੇ ਤੁਸੀਂ ਚੋਂਕੇ ਡੰਕੀ ਲਾ ਕੇ ਆਏ ਸੋ ਗੈਰ ਕਾਨੂੰਨੀ ਆਏ ਸੋ ਉਸ ਟਾਈਮ ਕੀ ਮੁਸ਼ਕਲਾਂ ਹੁੰਦੀਆਂ ਨੇ ਗੈਰ ਕਾਨੂੰਨੀ ਬੰਦੇ ਵਾਸਤੇ ਸ਼ਾਦੀ ਜੇ ਅਗਰ ਉਸ ਟਰਕੀ ਚ ਕਰਨੀ ਹੈ ਉਹਦੇ ਵਾਸਤੇ ਕੀ ਮੁਸ਼ਕਲਾਂ ਨੇ ਬਈ ਪਹਿਲੀ ਗੱਲ ਤੇ ਇਹ ਕਿ ਗੈਰ ਤਰੀਕੇ ਨਾਲ ਤੁਰਕੀ ਚ ਆਉਣਾ ਨਹੀਂ ਚਾਹੀਦਾ ਕਿਸੇ ਕੰਟਰੀ ਚ ਵੀ ਨਹੀਂ ਆਉਣਾ ਚਾਹੀਦਾ ਜੀ ਹਾਂ ਬਿਲਕੁਲ ਪਹਿਲੀ ਗੱਲ ਤੇ ਤੁਹਾਡੇ ਵਾਸਤੇ ਜਿਹੜੇ ਮੇਰੇ ਬਰਾਦ ਵਹਿੰਦੇ ਹੋ ਪਏ ਸੁਣਦੇ ਹੋ ਪਏ ਸਮਝ ਜਾਈਏ ਡੰਕੀ ਨਾਲ ਲਾਉ ਆਪਣੇ ਘਰ ਬੈਠ ਰਹੋ ਇੱਜ਼ਤ ਦੀ ਰੋਟੀ ਖਾਓ ਚੁੱਪ ਕਰਕੇ ਉਹ ਬਿਹਤਰ ਠੀਕ ਹੈ ਤੇ ਦੂਜੀ ਗੱਲ ਰਹਿ ਗਈ ਵਿਆਹ ਕਰਨ ਦੀ ਵਿਆਹ ਕਰਨ ਵਾਸਤੇ ਜਿਹੜਾ ਪ੍ਰੋਸੈਸ ਹੁੰਦਾ ਨੋ ਮੇਰੇ ਭਾਈ ਇਹ ਹੁੰਦਾ ਸਭ ਤੋਂ ਪਹਿਲੇ ਤੁਹਾਡਾ ਪਾਸਪੋਰਟ ਹੋਣਾ ਲਾਜ਼ਮੀ ਤੁਸੀਂ ਜਣਾਉਂਦਾ ਹਸਪਤਾਲ ਦੇ ਵਿੱਚ ਅੱਛਾ ਉਹ ਵੀ ਮਸਲ ਕੇ ਬੇਗਮ ਜਿਹੜੀ ਜਿਹੜੀ ਜਿਹੜਾ ਤੁਸੀਂ ਸ਼ਾਦੀ ਕਰਨੀ ਹੈ ਉਹ ਜੀ ਤੁਹਾਡੇ ਨਾਲ ਜਾਂਚੀ ਕਰ ਹਸਪਤਾਲ ਦੇ ਵਿੱਚ ਸ਼ਾਦੀ ਕਰਨ ਤੋਂ ਪਹਿਲਾਂ ਸ਼ਾਦੀ ਕਰਨ ਤੋਂ ਪਹਿਲਾਂ ਅੱਛਾ ਇਹ ਤੁਰਕੀ ਦਾ ਕਾਨੂੰਨ ਹੈ ਕਿ ਸ਼ਾਦੀ ਤੋਂ ਪਹਿਲੇ ਤੁਸੀਂ ਹਸਪਤਾਲ ਜਾਂਦੇ ਹੋ ਤੁਹਾਡਾ ਬਕਾਇਆ ਜਿਹੜਾ ਨਾ ਮੈਡੀਕਲ ਹੁੰਦਾ ਮਤਲਬ ਦੋਵਾਂ ਜੀਆਂ ਦੇ ਸ਼ਾਦੀ ਤੋਂ ਪਹਿਲਾਂ ਦੋਵਾਂ ਜੀਆਂ ਦਾ ਮੈਡੀਕਲ ਹੋਣਾ ਹੈ ਉਸ ਤੋਂ ਬਾਅਦ ਸ਼ਾਦੀ ਵਾਲੀ ਜੀ ਬਿਲਕੁਲ ਮੈਡੀਕਲ ਤਾਂ ਕਰਦੇ ਨੇ ਅਗਰ ਮਸਲ ਕਿ ਮੈਨ ਕੋਈ ਐਂ ਦੀ ਬਿਮਾਰੀ ਹੈ ਹੂੰ ਜਿਹਦੀ ਵਜ੍ਹਾ ਤੋਂ ਇਸ ਨੂੰ ਵੀ ਕਾਲਨ ਨੁਕਸਾਨ ਹੋ ਸਕਦਾ ਹੈ ਜਾਂ ਇਸ ਨੂੰ ਕੋਈ ਐਂ ਦੀ ਬਿਮਾਰੀ ਹੈ ਜਿਹਦੇ ਨਾਲ ਮੇਰੀ ਜਾਨ ਨੂੰ ਵੀ ਕੋਈ ਮਸਲਾ ਬਣ ਸਕਦਾ ਹੈ ਤੇ ਉਹ ਫਿਰ ਜਿਹੜਾ ਹੁੰਦਾ ਜਿੰਨੇ ਤੱਕ ਉਹ ਬਿਮਾਰੀ ਕਲੀਅਰ ਨਹੀਂ ਹੁੰਦੀ ਤੁਸੀਂ ਇਹਨਾਂ ਕਰ ਸਕਦੇ ਹੋ ਉਹ ਵੀ ਰਿਕਵਰਡ ਬਣ ਸਕਦੀ ਹੈ ਉਹ ਵੀ ਰਿਕਵਰਡ ਬਣ ਸਕਦੀ ਉਸ ਤੋਂ ਬਾਅਦ ਜਿਹੜਾ ਹੁੰਦਾ ਤੁਸੀਂ ਅਗਰ ਮੈਡੀਕਲ ਤੁਹਾਡਾ ਕਲੀਅਰ ਹੋ ਗਿਆ ਤੇ ਤੁਸੀਂ ਯਕਾ ਕਰ ਸਕਦੇ ਸਿਰਫ ਪਾਸਪੋਰਟ ਤੁਹਾਡੇ ਕੋਲ ਹੋਣਾ ਚਾਹੀਦਾ ਬਾਕੀ ਹੋ ਸਕਾ ਮੀਆਂ ਬੀਵੀ ਰਾਜ਼ੀ ਤੇ ਕੀ ਕਰੇਗਾ ਨਹੀਂ ਜੀ ਸਿਰਫ ਪਾਸਪੋਰਟ ਦੇ ਗੱਲ ਨਹੀਂ ਮੁੱਕਦੀ ਵੀ ਸਿਰਫ ਤੁਹਾਡੇ ਕੋਲ ਪਾਸਪੋਰਟ ਤੁਸੀਂ 500 ਜਾਂ 1000 ਰੁਪਏ ਦੇ ਕੇ ਪੀਡੀਐਫ ਕਰਵਾ ਲੈ ਪਾਕਿਸਤਾਨੋਂ ਤੁਹਾਡੀ ਗੱਲ ਮੁੱਕ ਗਈ ਹੈ ਇਹ ਨਹੀਂ ਮੁੱਕਦੀ ਉਸ ਤੋਂ ਬਾਅਦ ਤੁਹਾਡਾ ਇੱਕ ਅਨਮੈਰਿਡ ਜਿਹੜਾ ਹੁੰਦਾ ਨਾ ਸਿਰਫ ਸਿਰਫ ਅਨਮੈਰਿਡ ਸਰਟੀਫਿਕੇਟ ਆਉਣਾ ਚਾਹੀਦਾ ਹੈ ਉਹ ਵੀ ਅਨਮੈਰਿਡ ਸ਼ਾਫ ਟਿਕਟ ਬਣਵਾ ਕੇ ਉਹਦੇ ਨਾਲ ਤੁਹਾਡੀ والدہ ਦੀ شناختی ਕਾਰਡ ਦੀ ਫੋਟੋਕਾਪੀ ਤੁਹਾਡੇ ਵਾਲਦੇ ਦੀ شناختی ਕਾਰਡ ਦੀ ਫੋਟੋਕਾਪੀ ਨਾਲ ਹੋਣੀ ਚਾਹੀਦੀ ਉਸ ਤੋਂ ਬਾਅਦ ਤੁਸੀਂ ਜਨਾਜ ਇਸਲਾਮਾਬਾਦ 터ਕੀ ਐਮਬੈਸੀ ਦੇ ਵਿੱਚੋਂ ਟੈਸਟ ਕਰਵਾਉਣਾ ਅੱਛਾ ਟੈਸਟ ਕਰਾ ਲੈ ਠੀਕ ਹੋ ਗਿਆ ਇਹ ਫਿਰ ਸਾਰੇ ਮਾਮਲੇਤ ਹੋ ਗਏ ਤੁਸੀਂ ਸੰਦ ਦੱਸੋ ਉਹਦੋਂ ਤੁਹਾਡਾ ਸ਼ਾਦੀ ਦੇ ਉੱਤੇ ਟੋਟਲ ਕਿੰਨਾ ਖਰਚਾ ਆ ਗਿਆ ਸੀ ਤਕਰੀਬਨ ਜੀ ਮੇਰਾ ਉਸ ਟਾਈਮ ਜਿਹੜਾ ਸ਼ਾਦੀ ਤੇ ਖਰਚਾ ਆਇਆ ਨਾ ਆਜ ਤੋਂ 3 ਸਾਲ ਪਹਿਲੇ ਉਹ ਤਕਰੀਬਨ ਤਕਰੀਬਨ ਕੋਈ 2 ਤੋਂ 2.5 ਲੱਖ ਲੀਰਾ ਬਣਦਾ ਉਦੋਂ 2 ਤੋਂ 2.5 ਲੱਖ ਲੀਰਾ ਲੱਗਾ ਮਾ ਉਦੋਂ ਤੇਰ ਸਾਰੀ 2 ਤੋਂ 2.5 ਲੱਖ ਲੀਰਾ ਵੀ ਤੇਰ ਸਾਰੀ ਜੀ ਉਸ ਟਾਈਮ ਉਸ ਟਾਈਮ ਤਨਖਾਹ ਜਿਹੜੀ ਆਈ ਉਹ ਤਕਰੀਬਨ ਤਕਰੀਬਨ ਕੋ 1500 ਕੇ 1600 ਰੁਪਏ ਤਨਖਾਹ ਆਈ ਜੀ ਤਨਖਾਹ ਨਾਲ ਨਹੀਂ ਉਹਨੂੰ ਕਰ ਸਕਦੇ ਸੀ یہ نادریہ نا ام جون سین سے بھی جو ٹرکا ہماری بھابھی ہیں ان سے بھی بات چیت کرتے ہیں ان سے پوچھتے ہیں کہ انہوں نے انہیں پسند کیا تھا یا انہوں نے انہیں پسند کیا تھا۔ سین انہوں نے دا سیوگلی یا بہو سین دا سیوگلی او او سیوگلی وہ کہہ رہے ہیں جی کہ میں نے بعد میں پسند کیا ہے پہلا جون سا انہوں نے پسند کیا ہے۔ اچھا ماشاءاللہ جی 3 سال سے اپ اکٹھے زندگی گزار رہے ہیں اللہ پاک کی ذات اپ کو ہزاروں خوشیاں نصیب فرمائے تو ਕਾ ਮੁਸ਼ਕਿਲਾਂ ਕਿਹੜੀਆਂ ਮੁਸ਼ਕਿਲਾਂ ਹੁੰਦੀਆਂ ਨੇ ਮਤਲਬ ਆਪਣੇ ਫੈਮਿਲੀ ਮਤਲਬ ਆਪਣੇ ਇੱਕ ਮੁਆਸ਼ਰੇ ਦੇ ਵਿੱਚ ਪਾਕਿਸਤਾਨ ਚ ਸ਼ਾਦੀ ਕਰਨੇ ਤੇ ਤੁਰਕੀ ਦੇ ਵਿੱਚ ਜੇ ਤੁਸੀਂ ਸ਼ਾਦੀ ਕਰਦੇ ਹੋ ਕੀ ਮੁਸ਼ਕਿਲਾਂ ਆਉਂਦੀਆਂ ਨੇ ਮਤਲਬ ਤੁਹਾਡੇ ਘਰ ਦੇ ਮਾਮਲਾ ਚ ਖਾਣਾ ਸ਼ਾਣੇ ਦਾ ਇਸ਼ੂ ਜਾਂ ਉਂਜ ਉਹ ਮੇਰਾ ਭਾਈ ਜਿਹੜੇ ਹੁਣ ਤੁਰਕੀ ਦੇ ਵਿੱਚ ਆਨ ਉਹਨਾਂ ਨੂੰ ਪਤਾ ਇੱਥੇ ਜਿਹੜੀ ਰੋਟੀ ਹੁੰਦੀ ਹੈ ਇੱਥੇ ਉਹ ਬੰਦ ਸਾਡੇ ਪਾਕਿਸਤਾਨ ਜਿਸ ਬੰਦ ਆਂਦੇ ਨਾ ਉਹ ਬੰਦ ਟਾਈਪ ਰੋਟੀ ਹੁੰਦੀ ਤੇ ਪਾਕਿਸਤਾਨੀ ਰੋਟੀ ਨਹੀਂ ਲੱਭਦੀ

ਸਾਹਰਾ ਆਦਾ ਇਹਦੀ ਜਿਹੜੀ ਉਮਰ ਹੈ ਛੋਟੀ ਬੱਚੇ ਦੀ ਸਾਹਰਾ ਆਦਾ ਇਹ ਇਹਨਾਂ ਦਾ ਨਕਾਹ ਨਾਮ ਹੈ ਜਿਹੜਾ ਨਾਮ ਇਹਨੂੰ ਬਖਾਇਆ ਵੀ ਹੈ ਮਾਸ਼ਾਅੱਲਾ ਇਹ ਮੈਂ ਤੁਹਾਨੂੰ ਵੀ ਬਖਾਣਾ ਨਾਜ਼ਰੀਨ ਨੂੰ ਕਿੱਦੇ ਗਈ ਤਸਵੀਰ ਹੈ ਇਹ ਇਹ ਜਿਹੜਾ ਇਹਨਾਂ ਦੋਵਾਂ ਜੀਆਂ ਦਾ ਨਕਾਹ ਨਾਮ ਹੈ ਟਰਕਸ਼ ਲੜਕੀ ਨਾਲ ਮਾਸ਼ਾਅੱਲਾ ਨਾ ਸ਼ਾਦੀ ਕੀਤੀ ਹੈ ਸਾਡੀ ਦੁਆ ਹੈ ਕਿ ਅੱਲਾਹ ਪਾਕ ਦੀ ਜ਼ਾਤ ਇਹਨਾਂ ਨੂੰ ਢੇਰੋਂ ਖੁਸ਼ੀਆਂ ਨਸੀਬ ਫਰਮਾਏ ਅੱਛਾ ਭਾਜਨ ਮਾਸ਼ਾਅੱਲਾ ਤੁਸੀਂ ਟਰਕਸ਼ ਲੜਕੀ ਨਾਲ ਸ਼ਾਦੀ ਕੀਤੀ ਹੈ ਸਵਾਲ ਸਾਰਾ ਹੈ ਤੇ ਡੱਡਾ ਲੇਕਿਨ ਕਰਾਂ ਦੇ ਜ਼ਰੂਰ ਅਕਸਰ ਜਿਹੜੇ ਬੰਦੇ ਨੇ ਉਹ ਬਾਹਰ ਵੀ ਸ਼ਾਦੀ ਕਰ ਲੈਂਦੇ ਨੇ ਆਪਣੇ ਮੁਲਕ ਜਾ ਕੇ ਵੀ ਕਰ ਲੈਂਦੇ ਨੇ ਕਿ ਤੁਹਾਡੇ ਜ਼ਿਹਨ ਚ ਵੀ ਇਸ ਤਰ੍ਹਾਂ ਦੀ ਕਦੀ ਕੋਈ ਗੱਲ ਆਈ ਏ ਨਹੀਂ ਭਾਈ ਜੇ ਨਾ ਲਾਈ ਹੋਵੇ ਬੰਦੇ ਨੂੰ ਉਧਰ ਵਾਲੀ ਨਭਾਣੀ ਚਾਹੀਦੀ ਏ ਸੱਲੀ ਗੱਲ ਤੇ ਕਿ ਅੱਲਾ ਪਗ ਜੇ ਮੇ ਕੋਈ ਹੰਸਾ ਬਰ ਦੇ ਛੱਡੇ ਦੂਜੇ ਦੇ ਬਾਰੇ ਨਹੀਂ ਸੋchnਾ ਚਾਹੀਦਾ ਇਹ ਤਾਂ ਸੋਹਣੀ ਗੱਲ ਸਭ ਨੇ ਸਾਰਿਆਂ ਦੀਆਂ ਹੰਡੀਆਂ ਬੈਣਾ ਸਾਂਝੀ ਹੋਣੀਆਂ ਬਿਲਕੁਲ ਤੇ ਬੰਦੇ ਜਿਹੜਾ ਨਾ ਜਿੱਦ ਨਾਲ ਲਾਉ ਉਹਦੇ ਨਾਲ ਹੀ ਨਭਾਉ ਜੋ ਕਰੇ ਬਿਲਕੁਲ ਨਸਲੀ ਲੋਕਾਂ ਦੀ ਇਹ ਹੀ ਪਹਿਚਾਨ ਹੈ ਕਿ ਮਤਲਬ ਜਿਹਦੇ ਨਾਲ ਇੱਕ ਵਾਰੀ ਲਾਣ ਉਹ ਤੋੜ ਨਭਾਉਂਦੇ ਨੇ ਅੱਛਾ ਸਾਡੀ ਹੁਣ ਆਖਰੀ ਗੱਲ ਇਹ ਵੇ ਕਿ ਬੜੇ ਸਾਰੇ ਜੀ ਹੁਣ ਪਾਕਿਸਤਾਨ ਚ ਇਹ ਸੋਚ ਕੇ ਡੰਕੀ ਲਾਣਾ ਚਾਹ ਰਹੇ ਨੇ ਕਿ ਅਸੀਂ ਜਾਂਦੇ ਤੁਰਕੀ ਦੇ ਵਿੱਚ ਤੁਰਕਣ ਸਾਡਾ ਇੰਤਜ਼ਾਰ ਕਰ ਰਹੀ ਹੈ ਤੇ ਸਾਡਾ ਸ਼ਾਦੀ ਕਰ ਲੈਣ ਉਹ ਸਾਨੂੰ ਪਾਸਪੋਰਟ ਤੁਹਾਨੂੰ ਪਾਸਪੋਰਟ ਲੱਭ ਗਿਆ ਨਹੀਂ ਮੇਰੇ 6 ਮਹੀਨੇ ਲੱਗੇ ਮਤਲਬ ਪ੍ਰੋਸੈਸ ਚੱਲ ਰਿਹਾ ਹੈ ਪ੍ਰੋਸੈਸਰ ਚੱਲ ਰਿਹਾ ਜੇ ਮੇਰਾ ਕੀ ਮਤਲਬ ਡੰਕੀ ਲਾ ਕੇ ਆ ਕੇ ਤੁਰਕਨ ਨਾਲ ਸ਼ਾਦੀ ਕਰਨਾ ਹੁਣ ਆਸਾਨ ਨੇ ਜਾਂ ਮੁਸ਼ਕਲ ਹੈ ਡੰਕੀ ਲਾ ਕੇ ਆਣਾ ਚਾਹੀਦਾ ਹੈ ਜਾਂ ਨਹੀਂ ਆਣਾ ਚਾਹੀਦਾ ਪਹਿਲੀ ਗੱਲ ਤੇ ਕਿ ਡੰਕੀ ਲਾ ਕੇ ਹੁਣਾਂ ਨਹੀਂ ਚਾਹੀਦਾ ਕਿਉਂਕਿ ਡੰਕੀ ਲਾ ਕੇ ਇੱਥੇ ਆ ਕੇ ਅਗਰ ਤੁਸੀਂ ਕੁੜੀ ਨਾਲ ਸ਼ਾਦੀ ਕਰੋ ਉਹਦੇ ਵਿੱਚ ਤੁਹਾਡੇ ਵਾਸਤੇ ਡੇਢ ਸਾਰੀਆਂ ਮੁਸੀਬਤਾਂ ਸਮਝਾਈ ਮਤਲਬ ਇਹ ਦੱਸੋ ਬਈ ਕਿ ਟਰੱਕ 'ਚ ਲੜਕੀ ਆਸਾਨੀ ਨਾਲ ਲੱਭ ਜਾਂਦੀ ਹੈ ਜਾਂ ਮੁਸ਼ਕਲ ਲੱਭਦੀ ਹੈ ਜੀ ਆਸਾਨੀ ਨਾਲ ਤੇ ਖੈਰ ਕੋਈ ਨਹੀਂ ਲੱਭਦੀ

ਬੜੀ ਮਿਹਰਬਾਨੀ ਬੜਾ ਸ਼ੁਕਰੀਆ ਬੜਾ ਅੱਛਾ ਹੈ ਨਾ ਸਾਡਾ ਨਰਤਵਨ ਕੀਤਾ ਅਸੀਂ ਇਹਨਾਂ ਦੇ ਤਹਿ ਦਿਲ ਤੋਂ ਮਸ਼ਕੂਰ ਆ